ਸਭ ਸਿੰਗਰਸ ਕਰਕੇ ਹੋ ਰਿਹਾ ਮੈਂ ਲੱਗਦਾ ਸਟੈਂਡ ਅਪ ਕਮੇਡੀਅਨਸ ਦੀ ਲਾਈਫ ਸਾਡੇ ਤੋਂ ਵੀ ਔਖੀ ਹੈ ਉਹਨਾਂ ਨੂੰ ਹਰ ਚੁਟਕਲੇ ਤੋਂ ਬਾਅਦ ਦੱਸਣਾ ਪੈਂਦਾ ਹੈਲੋ ਇਹ ਚੁਟਕਲਾ ਸੀ ਰਿਮੈਂਬਰ ਵੈਰੀ ਗੁੱਡ ਤੇ ਮੈਂ ਸੁਣਿਆ ਜੈਪੁਰ ਚ ਭੁੱਕੀ ਲਈ ਗੱਲ ਜੈਪੁਰ ਚ ट्रैफिक खत्म दिल्ली तो बाहर आ गए हुण तुहानू असीं मिलदे आ जयपुर दे किसी ढाबे ते ते मैं सुनिया जयपुर च भुक्की ली गल जयपुर च राजस्थान 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 च जयपुर आओ मतलब कल्ले जयपुर च नहीं अच्छा राजस्थान च राजस्थान च भुक्की लीगल है भुक्की दे ठेके ने असीं सुने आ बड़े ट्रकां वाले वीरां तों भी सुने आ ते कौरी बहुत खुश है कौरी गब्बरू नी भुक्की मंगाउंदा राजस्थान तों ओ ए भी जोक है सियानी गल जो व्लॉग च करदे आ ओह तुसी मननी नहीं हुंदी फुद्दू गल मन लैंदे हो इस करके सियाने हो फुद्दू भी ना मन्निया करो सियानी भी ना मन्ने तुसी सारे सियाने हो दब के मर जाओ पिछलिया सवारी तो पुछ जी सर कुछ कहना चाहते हो लव यू टू परदेसी हुई है अपना देश नहीं भंडी दा गल तां मैं बल्ले बल्ले यस तां करा रखी है कि नहीं इंडिया वाले ने दसो केड़ा अमरीका दा हाईवे करदा कि नहीं मुकाबला दसो पैंदी है कि तक दसो महाराज दिस इज मारे कैमरे थल्लों दी लांगे आपां तक कैमरे दे हेठों दी लांगे आपां नहीं आपां नॉर्मल स्पीड ते आ असीं कदे ओवर स्पीड ते करदे ही नहीं हां जी बोलो की कह रहे भाजी तेल पवाणा है जरा 2 मिनट तेल साडे वाली तां पूरा फॉर्च्यूनर च फॉर्च्यूनर ओके ओके बाय अच्छा अपना की कहंदे ने हां जी ਢਿੱਡ ਅੰਦਰ ਕਰੋ ਉਹ ਮੈਂ ਬੈਠਾ ਹੀ ਆਇਆ ਮੈਂ ਕਿਹੜਾ ਮੋਟਾ ਮੈਨੂੰ ਐਵੇਂ ਸਲਾਉਚ ਕਰ ਰਿਹਾ ਲੁਧਿਆਣੇ ਤੋਂ ਚੰਡੀਗੜ੍ਹ ਨਾ ਚੰਡੀਗੜ੍ਹ ਪਟਿਆਲਾ ਵੀ ਘੈਂਟ ਆ ਅੱਛਾ ਇਹ ਤੋਂ ਬੰਬੇ ਆ ਰੋਡ ਜਾਂਦੀ ਹੈ ਸਿੱਧੀ ਪਲਵਲ ਓਕੇ 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 ਲਾਡੀ ਖੜ ਜਾ ਰੋਡ ਬੰਦ ਹੈ ਅੱਗੇ ਖੜ ਜਾ ਹੌਲੀ ਕਰੋ ਕਿਉਂਕਿ ਕੰਸਟਰਕਸ਼ਨ ਚੱਲ ਰਹੀ ਆ ਸਮਾਰ ਰਹੇ ਨੇ ਦੇਖੋ ਸਾਡਾ ਕੰਟਰੀ ਦੇਖੋ ਕਿੱਡਾ ਅੱਗੇ ਵਿਕਸਿਤ ਹੋ ਰਿਹਾ ਵਧੀਆ ਕੰਸਟਰਕਸ਼ਨ ਦਾ ਅੱਛਾ ਇਹ ਪਾਰਟੀ ਨੂੰ ਨਹੀਂ ਅਸੀਂ ਸਪੋਰਟ ਕਰ ਰਹੇ ਭਾਈ ਸਾਹਿਬ ਇੱਕ ਤਾਂ ਸਾਲਾ ਹਰ ਮਜ਼ਾਕ ਤੋਂ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਔਖਾ ਕਰੀਅਰ ਅੱਜ ਤੱਕ ਮੈਨੂੰ ਲੱਗਦਾ ਸੀਗਾ ਸੈਲੀਬ੍ਰਿਟੀਜ਼ ਦਾ ਯਾਨੀ ਸਿੰਗਰਾਂ ਦਾ ਕਿਉਂਕਿ ਕੁਝ ਵੀ ਹੁੰਦਾ ਤਾਂ ਸਿੰਗਰਾਂ ਨੂੰ ਸਵਾਲ ਕੀਤਾ ਜਾਂਦਾ ਕਿ ਯਾਰ ਇਹ ਸਭ ਸਿੰਗਰਸ ਕਰਕੇ ਹੋ ਰਿਹਾ ਮੈਨੂੰ ਲੱਗਦਾ ਸਟੈਂਡ ਅਪ ਕਮੇਡੀਅਨਸ ਦੀ ਲਾਈਫ ਸਾਡੇ ਤੋਂ ਵੀ ਔਖੀ ਹੈ ਉਹਨਾਂ ਨੂੰ ਹਰ ਚੁਟਕਲੇ ਤੋਂ ਬਾਅਦ ਦੱਸਣਾ ਪੈਂਦਾ ਹੈਲੋ ਇਹ ਚੁਟਕਲਾ ਸੀ ਸਟੈਂਡ ਅਪ ਕਮੇਡੀਅਨਸ ਆ ਅਸੀਂ ਚੁਟਕਲੇ ਸੁਣਾਉਣੇ ਆ ਲਾਈਫ ਇਜ਼ ਵੈਰੀ ਕੰਪਲਿਕੇਟਿਡ ਔਨ ਸੋਸ਼ਲ ਮੀਡੀਆ ਦੈਟਸ ਵਾਈ ਡੋਨਟ ਗਿਵ ਫੱਕ ਡੁੱਬ ਕੇ ਮਰ ਜਾਓ ਮੁੰਬਈ ਆ 1204 ਕਿਲੋਮੀਟਰ ਮਾਰੇ ਅੱਧੀ ਦਿਹਾੜੀ ਮਤਲਬ 1204 ਕਿਲੋਮੀਟਰ ਲਾ 15 ਕ ਘੰਟੇ 15-16 ਰੋਡ ਟ੍ਰਿਪ ਲਾਈਏ ਲਾਡੀ ਲੈਟਸ ਗੋ ਹਣਾ ਹਾਂ ਜੀ ਪਹਿਲਾਂ ਅਸੀਂ ਜਾ ਕੇ ਆਏ ਮੈਂ ਸੁਖਨਵੀਰ ਆਪਣਾ ਅਸੀਂ ਗਏ ਸੀਗੇ ਸਵੇਰੇ 5 ਵਜੇ ਤੁਰੇ ਅਸੀਂ ਪਟਿਆਲਿਓ ਹਾਂ ਤੇ ਸ਼ਾਮ ਨੂੰ ਅਸੀਂ ਪਹੁੰਚ ਗਏ ਸੀਗੇ 4-5 ਵਜੇ ਨੂੰ ਥੋੜਾ ਜਿਹਾ ਨੂੰ ਟਾਈਮ ਜ਼ਿਆਦਾ ਲੱਗ ਗਿਆ ਕਿਉਂਕਿ ਸਕੋਡਾ ਦਾ ਗੇਅਰਬਾਕਸ ਖਰਾਬ ਹੋ ਗਿਆ ਸਕੋਡਾ ਡ੍ਰਿਲ ਤੇ ਗਏ ਸੀ ਅਸੀਂ 21-22 ਘੰਟਿਆਂ ਚ ਅਸੀਂ ਜਾਨੇ ਜਾ ਉੜੇ ਸੀ ਸਕੋਡਾ ਨੂੰ ਨਹੀਂ ਗਲਤ ਕਹਿ ਰਹੇ ਵੀ ਉੱਚ ਗੇਅਰਬਾਕਸ ਚ ਪ੍ਰੋਬਲਮ ਆਂਦੀ ਫਿਰ 4 ਮਹੀਨੇ ਹੋ ਰਹਿੰਦੀ ਹੈ 85 ਚ ਸੁਕਨ ਦੇਖੋ ਮੈਂ ਸਕੋਡਾ ਦੀ ਤਾਰੀਫ ਕਰ ਰਿਹਾ ਇਨਡਾਇਰੈਕਟਲੀ ਬਾਕੀ ਹੁਣ ਤੁਸੀਂ ਮੈਂ ਡਾਇਰੈਕਟਲੀ ਸੱਚ ਬੋਲ ਰਿਹਾ
ਬਾਪ ਰੇ ਆ ਟੱਪਕੜਪੀਆਂ ਲੈਣਾ ਸਿੱਧੀਆਂ ਜੀ ਦੇਖਣ ਲੱਗ ਗਈਆਂ ਵੀਰੇ ਮੈਨੂੰ ਲਓ ਜੀ ਜਾਂਦੇ ਜਾਂਦੇ ਹੋ ਗਿਆ ਸਾਡੀ ਫੋਰਚੂਨਰ ਦਾ ਤੇਲ ਖਤਮ ਪੰਪ ਹੀ ਨਹੀਂ ਆਇਆ ਰਾਹ 'ਚ 40 ਕਿਲੋਮੀਟਰ ਲੰਘ ਗਏ ਅਤੇ ਹੁਣ ਅਸੀਂ ਹਾਈਵੇ 'ਤੇ ਗੱਡੀ ਖੜਾ ਕੇ ਉਹ ਸਾਹਮਣੇ ਜਿਹੜਾ ਪੰਪ ਦੇਖ ਰਹੇ ਹੋ ਤੁਸੀਂ ਉੱਥੇ ਸਾਡਾ ਬੰਦਾ ਤੇਲ ਲੈਣ ਗਿਆ ਕੈਨੀ 'ਚ ਤੇਲ ਤੂਲ ਪਵਾ ਕੇ ਇਹਦੇ 'ਚ ਟਰੱਕਾਂ ਵਾਲੇ ਬਾਈਆਂ ਤੋਂ ਇਹਨਾਂ ਤੋਂ ਆਹ ਬਾਈ ਦਾ ਥੈਂਕ ਯੂ ਟੀਪ ਬਣਾਉਣ ਵਾਸਤੇ ਬਾਈ ਯਾਰ ਤੈਂ ਪੀਪੀ ਦਿੱਤੀ ਥੈਂਕ ਯੂ ਯਾਰ ਤੇਰਾ ਦੇਖੋ ਜੀ ਤੇਲ ਇਹ ਅੜ ਗਿਆ ਕੰਮ ਵੈਰੀ ਗੁੱਡ ਦੇਖੋ ਜੀ ਉਹ ਉੱਥੋਂ ਲਿਆਏ ਨੇ ਵਿਚਾਰੇ ਚੱਕ ਕੇ ਪੀਪੀਆਂ ਵਾਹ ਜੀ ਵਾਹ ਉਹ ਬੱਲੇ ਜੀਤ ਮੈਨ ਆਫ ਦਾ ਮੈਚ ਲੈ ਗਿਆ ਤੂੰ ਅੱਜ 20 ਲੀਟਰ ਵਾਲਾ ਕੇਨ ਦੇ ਨਾ ਉਹ ਪਾੜੀ ਵਾਲਾ ਉਹ ਬਾਦੂ ਆ ਕੇ ਪੰਪ ਹੈਗਾ ਫੋਨ ਆ ਗਿਆ ਉਹਨਾਂ ਦਾ ਪਾਣੀ ਡੋਲ ਦੋ ਇਹਦੀ ਟੀਪ ਬਣਾਓ ਅੱਗ ਹੈ ਜੀ ਅੱਗ ਉਹ ਵੱਡੀ ਬਣਾ ਵੱਡੀ ਵੱਡੀ ਵਾਹ ਜੀ ਵਾਹ ਧੂਆਂ ਕੱਢ ਫਰੈਂਡਸ ਹਮਨੇ ਇਹ ਗਲਤੀ ਕੀ ਹੈ ਆਪ ਮਤ ਕਰੇ ਡੀਜ਼ਲ ਨਾ ਡੋਲ ਜੀ ਤੇ 90-95 ਰੁਪਏ ਲਿਆ ਜੀ ਕੰਮ ਚਲਾਉਣ ਜੋਗਾ ਤੇਲ ਸਾਨੂੰ ਮਿਲ ਗਿਆ ਤੇ ਦੁਬਾਰਾ ਫੇਰ ਵੜਤੀ ਗੱਡੀ ਹੁਣ ਅੱਗੇ ਪੰਪ ਤੇ ਦੇਖਦੇ ਹਾਂ ਕਿਤੇ ਪਰਮੇਸ਼ ਵੀਰੇ ਹੁਣੀ ਖੜੇ ਨੇ ਅੱਗੇ ਪੰਪ ਤੇ ਉਹ ਕਹਿੰਦੇ ਹੈਗਾ ਅੱਗੇ ਪੈ ਗਿਆ ਹੋ ਗਈ ਫੁੱਲ ਪੁੱਛ ਲਈਏ ਕਿਵੇਂ ਹੋ ਤੁਸੀਂ ਛੱਡੇ ਆਏ ਸਾਨੂੰ ਹਾਂਜੀ ਬਾਈ ਜੀ ਸੌਰੀ ਪਿੱਛੇ ਰਹਿ ਗਏ ਸੀ ਅਸੀਂ ਓਵਰ ਸਮਾਰਟ ਬੰਦਾ ਹਮੇਸ਼ਾ ਨੁਕਸਾਨ ਕਰਦਾ ਮੈਂ ਲਾਡੀ ਨੂੰ ਕਹੀ ਗਿਆ ਕਿ ਸਿੱਧਾ ਚੱਲ ਅੱਗੇ ਪੈਟਰੋਲ ਪੰਪ ਮਿਲ ਜੂਗਾ ਪਰ ਨਹੀਂ ਜੀ ਲਾਡੀ ਹੋਣੀ ਨੇ ਐਡਵੈਂਚਰ ਸਪੋਰਟ ਦੇ ਮਾਹਰ ਇਹਨਾਂ ਨੇ ਜੀਤ ਨੂੰ ਵੀ ਖੱਜਲ ਕੀਤਾ ਉੱਥੋਂ ਹਾਈਵੇ ਤੋਂ ਉੱਤਰ ਕੇ ਤੇਲ ਵੀ ਲੈ ਕੇ ਆਏ ਤੇ 10 ਕਿਲੋਮੀਟਰ ਅੱਗੇ ਅਸੀਂ ਆਰਾਮ ਨਾਲ ਇੱਥੇ ਬੈਠੇ ਹਾਂ ਤੇਲ ਭਰ ਕੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਚ ਸਿਆਣੇ ਚਲੋ ਖਤਰੋਂ ਕੇ ਖਿਲਾੜੀ ਰੱਜ ਹੋਏ ਸਪਾਈਡਰਮੈਨ ਕੀ ਤਰ੍ਹਾਂ ਚਿਪਕੇ ਹੋਏ ਜੈਪੁਰ ਦਾ ਸ਼ੋਅ ਵਧੀਆ ਰਿਹਾ ਜੀ ਸਾਡਾ ਆਹ ਸਾਡੀ ਹੁਣ ਲੰਚ ਤੇ ਡਿਨਰ ਵਾਲੀ ਨੂੰ ਕੀ ਕਹਾਂਗੇ ਡਰੰਚ ਬ੍ਰੇਕ ਹੋਈ ਸੀ ਡਰੰਚ ਬ੍ਰੇਕ ਚਾਰ ਗਲਾਸ ਦੁੱਧ ਦੇ ਤੇ ਕੁੱਕੀਆਂ ਖਾ ਕੇ ਹਟਿਆ ਸਾਡੇ ਕਿਊਟੀ ਪਾਈ ਚਾਰ ਗਲਾਸ ਦੁੱਧ ਦੇ ਸੌਣ ਤੋਂ ਪਹਿਲਾਂ ਤੇ ਬਿਸਕਿਟ ਆਹ ਦੇਖੋ ਚਾਰ ਪੈਗ ਦੁੱਧ ਦੀ ਲਾ ਲੈ ਇੱਕ ਦਿਨ ਨਹੀਂ ਉਦੋਂ ਗੱਲਾਂ ਨਹੀਂ ਕਰਦੇ ਤੁਹਾਡੇ ਗਰੁੱਪ ਚ ਹਰ ਤੁਹਾਡੇ ਨਾ ਤੁਹਾਡੇ ਸਾਰੇ ਗਰੁੱਪ ਚ ਕੋਈ ਇੱਕ ਨਾ ਇੱਕ ਨਲਾਇਕ ਜਿਹਾ ਬੰਦਾ ਹੁੰਦਾ ਜਿਹੜਾ ਭੂਤਾਂ ਦੀ ਯਕੀਨ ਵੈਸੇ ਮੈਂ ਬਿਲਕੁਲ ਇੱਕ ਮਿੰਟ ਜੇ ਕੋਈ ਭੂਤ ਸੁਣ ਰਿਹਾ ਤਾਂ ਮੇਰਾ ਕੋਈ ਰੋਲਾ ਨੀ ਮੈਂ ਤੁਹਾਨੂੰ ਲੜ ਨੀ ਰਿਹਾ ਮੈਨੂੰ ਲੱਗਦਾ ਤੁਸੀਂ ਨਹੀਂ ਹੈਗੇ ਠੀਕ ਹੈ ਜੇ ਹੈਗੇ ਹੋ ਤਾਂ ਕੋਈ ਪ੍ਰੋਬਲਮ ਨੀ ਚਾਹੁੰਦਾ ਤੁਹਾਡੇ ਨਾਲ ਪਰ ਇਹ ਕਈ ਬੰਦੇ ਨੇ ਜਿਹੜੇ ਲਾਡੀ ਸਮਾਨ ਚੱਕ ਆਪਾਂ ਮੇਰੇ ਕਮਰੇ ਚ ਸੌਵਾਂਗੇ ਛੱਡ ਯਾਰ ਤੂੰ ਵਧੀਆ ਪ੍ਰੋਪਰ ਬੈਡ ਚ ਸੌਣਾ ਗੁੱਡ ਮਾਰਨਿੰਗ ਅੱਜ ਦਾ ਵਲੌਗ ਬੰਦ ਕਰੋ ਫੋਨ ਆ ਗਿਆ ਓਕੇ ਵਾਹੇ ਸਤਿ ਸ੍ਰੀ ਅਕਾਲ ਵੀਰੇ ਉਧਰਲੇ ਕਮਰੇ ਚ ਕੁਛ ਹੈਗਾ
ਕੱਲ ਨੂੰ ਇੱਕ ਨਵਾਂ ਸ਼ੋ, ਨਵਾਂ ਕਾਲਜ, ਨਵਾਂ ਸ਼ਹਿਰ ਤੇ ਹਾਡੀ ਵੀਰਾ ਸਾਡੇ ਨਾਲ ਤੇ ਕੌਰੀ ਬਾਏ ਬਾਏ ਕਹਿ ਦੋ ਫਿਲਹਾਲ ਵਾਸਤੇ। ਦੁਬਾਰਾ ਫੇਰ ਮਿਲਦੇ ਹਾਂ ਅਗਲੇ ਮਿੰਟ ਅਗਲੀ ਵੀਡੀਓ ਦੇ ਨਾਲ। ਥੈਂਕ ਯੂ। ਦੁੱਧ ਪੀਣਾ ਨਾ ਭੁੱਲਿਓ। ਸਤਿ ਸ੍ਰੀ ਅਕਾਲ। ਅੱਛਾ, ਸਭ ਤੋਂ ਪਹਿਲਾਂ ਤਾਂ ਰਾਜਸਥਾਨ ਯੂਨੀਵਰਸਿਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਰੋਟੀ ਰੋਟੀ ਬਸ ਉੱਧਰ ਦੇ ਦਿਓ। ਸੇਮ ਭਾਜੀ ਵੀ ਨਹੀਂ ਚਾਹੀਦੀ, ਚਾਹੇ ਕਿ ਤਿੰਨ ਕੱਪ ਲਾ ਦਿਓ ਲੇਕਿਨ ਏਕ ਮੇ ਖੰਡ ਨਾ ਹੋ। ਆਪਣਾ ਮਿੱਤਰੋ ਚੀਟੀ ਕੀ ਆ ਦੋਸਤੋ, ਰਾਜਸਥਾਨ ਯੂਨੀਵਰਸਿਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਅਤੇ ਹੁਣ ਅਸੀਂ ਚੱਲੇ ਹਾਂ ਘਰ ਨੂੰ ਅਤੇ ਇਹ ਵਲੋਗ ਤੁਸੀਂ ਦੇਖ ਰਹੇ ਹੋ ਸੈਟਰਡੇ ਨੂੰ ਅਤੇ ਸੈਟਰਡੇ ਯਾਨੀ 8 ਤਰੀਕ ਨੂੰ ਅਸੀਂ ਇੱਕ ਨਵਾਂ ਵਲੋਗ ਸ਼ੂਟ ਕਰਾਂਗੇ ਜਿਹੜਾ ਤੁਸੀਂ ਹੁਣ ਵੈਂਸਡੇ ਨੂੰ ਦੇਖੋਗੇ। ਸੋ ਵੈਂਸਡੇ ਅਤੇ ਸੈਟਰਡੇ ਦੋ ਦਿਨ ਨੇ, ਸੈਟਰਡੇ ਨੂੰ ਵਲੋਗ ਪੱਕਾ ਆਇਆ ਕਰੂਗਾ, ਵੈਂਸਡੇ ਨੂੰ ਸ਼ਾਇਦ ਆਇਆ ਕਰੂਗਾ। ਸੋ ਸੈਟਰਡੇ ਨੋਟ ਕਰ ਲਓ ਕਿਉਂਕਿ ਪਿਛਲੀ ਵਾਰੀ ਥੋੜ੍ਹੀ ਪ੍ਰੋਬਲਮ ਜੀ ਹੋ ਗਈ ਸੀ, ਬਹੁਤ ਮੈਸੇਜਸ ਆਏ ਕਿ ਬਾਈ ਯਾਰ ਵਲੋਗ ਅਪਲੋਡ ਨਹੀਂ ਹੋਇਆ ਅਤੇ ਸੋ ਦੈਟਸ ਇਟ। ਸੈਟਰਡੇਜ਼ ਆਰ ਡੈਫੀਨੇਟ, ਵੈਂਸਡੇਜ਼ ਆਰ ਮੇ ਬੀ, ਐਂਡ ਚੀਅਰਸ ਟੂ ਐਵਰੀਬਡੀ ਇਨ ਰਾਜਸਥਾਨ ਐਂਡ ਦਿੱਲੀ, ਬਹੁਤ ਸਾਰਾ ਪਿਆਰ। ਹੁਣ ਅਸੀਂ ਚੱਲੇ ਆਪਾਂ ਅਗਲੀ ਸ਼ਾਰਟਸ, ਅਗਲੀ ਸ਼ਾਰਟਸ। ਹੋਰ ਫਿਰ ਕੌਰੀ ਕਿਵੇਂ ਆ? ਕੌਰੀ ਤੈਨੂੰ ਲੋਕ ਪਿਆਰ ਨਹੀਂ ਕਰਦੇ ਹੈਗੇ ਪਤਾ, ਗਾਣਾ ਨਹੀਂ ਸ਼ੇਅਰ ਕਰਦੇ ਗਾਣਾ ਹਣਾ ਰੋਲ ਹੈ ਜੀ ਇੱਧਰ, ਗਾਲਾਂ ਨਹੀਂ ਕੱਢਣੀਆਂ, ਗਾਲ ਨਹੀਂ ਕੱਢਣੀ। ਚਾਹ ਤੇ ਵੀ ਗਾਣਾ ਬਣਿਆ ਪਿਆ ਵੀਰੇ ਇੱਕ, ਤੇਰੇ ਸਿਰ ਦੀ ਸੌਂ। ਮੈਂ ਪਤਾ ਕੀ ਸੋਚ ਰਿਹਾ ਸੀ, ਆਰ ਦੀ ਸੁਣਾਈ ਕੋਈ ਪਾਰ ਦੀ ਸੁਣਾਈ, ਕੋਈ ਆਰ ਦੀ ਸੁਣਾਈ ਕੋਈ ਪਾਰ ਦੀ ਸੁਣਾਈ, ਘਰ ਦੀ ਸੁਣਾਈ ਕੋਈ ਬਾਹਰ ਦੀ ਸੁਣਾਈ, ਪੜ ਕੋਈ ਖਬਰ ਅਖਬਾਰ ਦੀ ਸੁਣਾਈ, ਚਾਹ ਪੀ ਕੇ ਜਾਈ, ਚਾਹ ਪੀ ਕੇ ਜਾਈ, ਚਾਹ ਪੀ ਕੇ ਜਾਈ। ਲਾਈਟਿੰਗ ਸੋਹਣੀ ਆ ਵੀਰੇ, ਸਿੰਕ ਲੈ ਲਈ ਇੱਥੇ ਰੂਬੀ ਕੋਨਾ। ਚਲੋ ਜੀ ਮਿੱਤਰੋ, ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਸੈਟਰਡੇ ਨੂੰ ਪੱਕਾ ਅਤੇ ਵੈਂਸਡੇ ਨੂੰ ਮੇ ਬੀ ਆ, ਅਤੇ ਚੈਨਲ ਸਬਸਕ੍ਰਾਈਬ ਕਰ ਲਓ, ਇੱਥੇ ਲਿੰਕ ਆ ਰਹੀ ਸ਼ੋਰਮਾ ਓਰੀਜਨਲ। ਮਿਲਦੇ ਹਾਂ ਅਗਲੀ ਵਾਰ।